ਟੀਚਰ ਹੁੰਦੇ ਆ, ਮਾਸਟਰ ਹੁੰਦੇ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਉਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ। ਪਰ ਜਿਸ ਕਿਸਮ ਦੀ ਭੱਦੀ ਸ਼ਬਦਾਵਲੀ ਸਿੱਖਿਆ ਮੰਤਰੀ ਨੇ ਅੱਜ ਵਰਤੀ ਹੈ, ਮੈਂ ਸਮਝਦਾ ਕਿ ਅੱਤ ਨਿੰਦਣਯੋਗ ਹੈ। ਤੁਰੰਤ ਸਿੱਖਿਆ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਬੋਲੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਬਰਾੜ ਨੇ ਕਿਹਾ ਕਿ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਕਿਉਂਕਿ ਇਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਸਹੀ ਰਾਹ ਪਾਉਂਦਾ। ਪਰ ਸਿੱਖਿਆ ਮੰਤਰੀ ਵੱਲੋਂ ਬੋਲੀ ਇਹ ਬੋਲੀ ਅੱਤ ਨਿੰਦਣਯੋਗ ਹੈ, ਬੜੀ ਹੀ ਸ਼ਰਮ ਵਾਲੀ ਗੱਲ ਹੈ। ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਕਰਨ 'ਤੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਦੇਖੋ, ਸਿੱਖਿਆ ਮੰਤਰੀ ਨੇ ਜਿਹੜਾ ਵੀ ਸਾਡੇ ਗੁਰੂ ਸਾਹਿਬਾਨਾਂ, ਕਿਉਂਕਿ ਜਿਹੜੇ ਟੀਚਰ ਹੁੰਦੇ ਆ, ਮਾਸਟਰ ਹੁੰਦੇ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਉਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ। ਪਰ ਜਿਸ ਕਿਸਮ ਦੀ ਭੱਦੀ ਸ਼ਬਦਾਵਲੀ ਸਿੱਖਿਆ ਮੰਤਰੀ ਨੇ ਅੱਜ ਵਰਤੀ ਹੈ, ਮੈਂ ਸਮਝਦਾ ਕਿ ਅੱਤ ਨਿੰਦਣਯੋਗ ਹੈ, ਬੜੀ ਸ਼ਰਮ ਵਾਲੀ ਗੱਲ ਹੈ ਇਹ। ਤੁਰੰਤ ਸਿੱਖਿਆ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਦੱਸ ਦਈਏ ਕਿ ਵਿਜੇਂਦਰ ਸਿੰਗਲਾ ਬਰਨਾਲਾ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਸਨ ਜਿੱਥੇ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸੀ। ਬੇਰੁਜ਼ਗਾਰ ਅਧਿਆਪਕ ਸਿਰਫ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਤੋਂ ਖਿੱਚ ਕੇ ਮੰਤਰੀ ਨੇ ਆਪਣੀ ਗੱਡੀ ਚੋਂ ਨਿਕਲਦੇ ਸਾਰ ਹੀ ਇਹਨਾਂ ਦੇ ਖਿਲਾਫ਼ ਭੱਦੀ ਸ਼ਬਦਾਵਲੀ ਬੋਲ ਦਿੱਤੀ। ਦੱਸ ਦਈਏ ਕਿ ਇਸ ਤੋਂ ਬਾਅਦ ਵਿਜੇਂਦਰ ਸਿੰਗਲਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਤਨਖਾਹਾਂ ਦੇਣ ਲਈ ਵਿੱਤ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਨੂੰ RBI ਕੋਲੋਂ ਉਧਾਰ ਲੈਣਾ ਪੈਂਦਾ। ਸਾਰੇ ਜਥੇਬੰਦੇ ਨੂੰ ਕਹਿੰਦਾ ਪਲੀਜ਼ ਸਟਾਕ, ਡਾਇਲੋਗ ਦੇ ਨਾਲ ਹੀ ਸਲਿਊਸ਼ਨ ਹੈ। ਮੈਂ ਸਭ ਨੂੰ ਕਹਿੰਦਾ ਕਿ ਗੱਲਬਾਤ ਕਰੋ, ਮੈਂ ਤਾਂ ਕਿਸੇ ਨੂੰ ਮਨਾ ਹੀ ਨਹੀਂ ਕਰਦਾ, ਬਟ ਲੇਕਿਨ ਜੇ ਤੁਸੀਂ ਕਹੋ ਕਿ ਸਰਕਾਰ ਦਾ ਮੁਰਦਾਬਾਦ ਅਤੇ ਸਾਨੂੰ ਨੌਕਰੀ ਨਹੀਂ ਮਿਲੀ, ਤੇ ਯਾਰ ਆਈ ਥਿੰਕ ਦੈਟ ਇਜ਼ ਨੋਟ ਦਾ ਵੇ ਟੂ ਪ੍ਰੋਟੈਸਟ। ਵੀ ਆਲ ਹੈਵ ਟੂ ਅੰਡਰਸਟੈਂਡ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਸਟੇਟ। ਵੀ ਆਲ ਹੈਵ ਟੂ ਉਰੇ ਸੈਲਰੀ ਦੇਣ ਵਾਸਤੇ ਤਾਂ 1000 ਕਰੋੜ ਰੁਪਏ ਰੋਜ਼ ਮਨਪ੍ਰੀਤ ਬਾਦਲ ਜੀ ਅਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਅਸੀਂ RBI ਤੋਂ ਉਧਾਰ ਲੈ ਰਹੇ ਹਾਂ। ਹੁਣ ਸਿੱਖਿਆ ਮੰਤਰੀ ਵੱਲੋਂ ਵਰਤੀ ਇਸ ਭੱਦੀ ਸ਼ਬਦਾਵਲੀ 'ਤੇ ਰੋਸ ਜ਼ਾਹਰ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਨਾਲ ਹੀ ਅਧਿਆਪਕ ਜਥੇਬੰਦੀਆਂ ਨੇ ਇਸ ਮਾਮਲੇ 'ਤੇ ਕਾਰਵਾਈ ਕਰਨ ਦੀ ਵੀ ਮੰਗ ਉਠਾਈ ਹੈ। ਇਹੀ ਮੰਦਭਾਗੀ ਘਟਨਾ ਜਿਹੜੀ ਮੰਤਰੀ ਨੇ ਸ਼ਬਦਾਵਲੀ ਬੋਲੀ ਆ, ਬਹੁਤ ਹੀ ਘਟੀਆ ਸ਼ਬਦ ਬੋਲੇ ਨੇ। ਤੁਸੀਂ ਸਾਡੀਆਂ ਹੁਣ ਤੱਕ ਜਿੰਨੇ ਵੀ ਸਾਡੇ ਪ੍ਰੋਟੈਸਟ ਹੋਏ ਨੇ ਤੁਸੀਂ ਚੈੱਕ ਕਰ ਲਓ, ਅਸੀਂ ਹਮੇਸ਼ਾ ਇਹਨਾਂ ਨੂੰ ਮੰਤਰੀ ਸਾਹਿਬ ਕਹਿੰਦੇ ਰਹੇ ਹਾਂ। ਕਿਉਂ ਕਹਿ ਰਹੇ ਹਾਂ? ਕਿਉਂਕਿ ਉਹ ਕੁਝ ਸਿੱਖਿਆ ਦੇ ਮੰਤਰੀ ਨੇ ਜਿਹਨਾਂ ਨੂੰ ਸਿੱਖਿਆ ਦਾ ਮਿਣੀ ਨਹੀਂ ਪਤਾ। ਉਹ ਸਿੱਖਿਆ ਦੇ ਵਿੱਚ ਅੱਜ ਕੱਲ੍ਹ ਕੰਮ ਕੌਣ ਕਰ ਰਿਹਾ? ਔਰਤਾਂ, ਸਾਡੀਆਂ ਜਿਹੜੀਆਂ ਭੈਣਾਂ ਨੇ 80% ਔਰਤਾਂ ਭੈਣਾਂ ਕੰਮ ਕਰ ਰਹੀਆਂ ਨੇ ਸਿੱਖਿਆ ਦੇ ਵਿੱਚ, ਪਰ ਇਹ ਗਾਲ ਉਹਨਾਂ ਨੂੰ ਕੱਢ ਰਿਹਾ ਹੈਗਾ। ਸਿੱਖਿਆ ਦਾ ਮਤਲਬ ਕੀ ਆ? ਐਜੂਕੇਸ਼ਨ, ਸਮਾਜ ਨੂੰ ਸੇਧ ਦੇਣ ਵਾਲੇ, ਅਤੇ ਇਹ ਜਿਹੜਾ ਸਿੱਖਿਆ ਮੰਤਰੀ ਇੱਕ ਸਮਾਜ ਨੂੰ ਸੇਧ ਦੇਣ ਵਾਲਾ ਗਾ, ਉਹ ਸਾਰਿਆਂ ਨੂੰ ਕੀ ਕੱਢ ਰਿਹਾ? ਗਾਲਾਂ। ਇਹ ਬੜੀ ਇਹਦੀ ਜਿਹੜੀ ਸ਼ਬਦਾਵਲੀ ਆ, ਘਟੀਆ ਸ਼ਬਦਾਵਲੀ ਵਰਤੀ ਗਈ ਆ। ਇਹੋ ਜਿਹਾ ਮਿਨਿਸਟਰ ਸਿੱਖਿਆ ਮੰਤਰੀ ਨਹੀਂ ਹੋਣਾ ਚਾਹੀਦਾ, ਜਿਹੜਾ ਕਿ ਇਹ ਲੋਕਾਂ ਦਾ ਚੁਣਿਆ ਹੋਇਆ ਇੱਕ ਸਿੱਖਿਆ ਮੰਤਰੀ ਆ, ਨਾ ਕਿ ਇਹ ਆਪਣੇ ਕਿਸੇ ਬਲ 'ਤੇ ਬਣਿਆ। 5 ਸਾਲ ਬਾਅਦ ਹੋਰ ਸਰਕਾਰ ਆਊਗੀ, ਪਰ ਇਹਨੂੰ ਸੋਚਣ ਵਾਲੀ ਗੱਲ ਆ ਕਿ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਘਟੀਆ ਸ਼ਬਦ ਵਰਤੂਗਾ। ਇਹ ਕੱਲ੍ਹ ਨੂੰ ਇਹਨੇ ਵੋਟਾਂ ਲੈਣ ਵੀ ਜਾਣਾ, ਕੀ ਇਹ ਮੂੰਹ ਲੈ ਕੇ ਲੋਕਾਂ ਦੇ ਸਾਹਮਣੇ ਜਾਊਗਾ? ਇਸ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੰਨੇ ਘਟੀਆ ਸ਼ਬਦ ਨੇ ਜਿਹੜੇ ਆਪਣੀਆਂ ਭੈਣਾਂ ਦੇ ਲਈ, ਆਪਣੇ ਛੋਟੇ ਵੀਰਾਂ ਦੇ ਲਈ ਇਹ ਵਰਤ ਰਿਹਾ ਹੈਗਾ। ਸਮਾਜ ਦੇ ਵਿੱਚ ਸ਼ੇਧ ਦੇਣ ਵਾਲਿਆਂ ਲਈ ਘਟੀਆ ਸ਼ਬਦ ਵਰਤਨੇ ਬਹੁਤ ਹੀ ਮੰਦਭਾਗੀ ਘਟਨਾ ਹੈ। ਸਿੱਖਿਆ ਮੰਤਰੀ ਨੇ ਜੋ ਵੀ ਸ਼ਬਦਾਵਲੀ ਬੋਲੀ ਆ ਸਾਡੇ ਟੀਚਰਾਂ ਲਈ, ਉਹ ਬਹੁਤ ਹੀ ਮੰਦਭਾਗੀ ਆ। ਇੱਕ ਪੜ੍ਹਿਆ ਲਿਖਿਆ ਸਿੱਖਿਆ ਮੰਤਰੀ ਪੜ੍ਹੇ ਲਿਖੇ ਲੋਕਾਂ ਲਈ ਇਹ ਸ਼ਬਦਾਵਲੀ ਵਰਤ ਲਿਆ, ਅਸੀਂ ਸਖ਼ਤ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰ। ਇੱਕ ਸਿੱਖਿਆ ਮੰਤਰੀ ਦਾ ਇਸ ਤਰ੍ਹਾਂ ਦਾ ਰਵੱਈਆ ਇਹ ਜਾਇਜ਼ ਨਹੀਂ ਆ। ਇਹ ਹੁਣ ਤੁਸੀਂ ਜ਼ਰੂਰ ਦੱਸਣਾ ਕਿ ਇਹ ਠੀਕ ਸੀ ਜਾਂ ਗਲਤ। ਅਧਿਆਪਕ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ 'ਤੇ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਦੀ ਇਸ ਭੱਦੀ ਸ਼ਬਦਾਵਲੀ 'ਤੇ ਕੀ ਬਿਆਨ ਦਿੰਦੇ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।